ਸਭਨਾ ਗੱਲਾਂ ਦਾ ਮਾਲਕ ਸਤਿਗੁਰ ਸਭੇ ਐਬ ਛੁਪਾ ਲਈ ਮੇਰੇ ਜੀ ਸਭੇ ਐਬ ਛੁਪਾ ਲਈ ਮੇਰੇ ਤਾਤਾ ਵੰਡਦਾ ਕਲਗੀਆਂ ਵਾਲਾ ਮੇਰਾ ਦੇਖ ਜਾਨੇ ਵੰਡਦਾ ਕਲਗੀਆਂ ਵਾਲਾ ਮੇਰਾ ਦੇਖ ਜਾਨੇ ਵੰਡਦਾ ਕਲਗੀਆਂ ਵਾਲਾ
ਆਪ ਗਵਾਇਆ, ਆਪਣਾ ਆਪ ਗਵਾਇਆ, ਆਪਣਾ ਆਪ
ਗਵਾਇਆ ਜਿਸਨੇ ਆਪਣਾ ਆਪ ਗਵਾਇਆ, ਆਪਣਾ ਆਪ ਗਵਾਇਆ ਜਿਸਨੇ ਆਪਣਾ ਆਪ ਗਵਾਇਆ। ਸਾਰੇ ਕਰਦੇ ਨੇ ਸਤਿਕਾਰ ਖੁਸ਼ੀਆਂ ਨਿਤ ਨਵੀਆਂ ਮੇਰੇ ਸਤਿਗੁਰ ਦੇ ਦਰਬਾਰ, ਸਤਿਕਾਰ ਖੁਸ਼ੀਆਂ ਨਿਤ ਨਵੀਆਂ, ਸਤਿਕਾਰ ਖੁਸ਼ੀਆਂ ਨਿਤ ਨਵੀਆਂ ਸਭ ਕਰਦੇ ਨੇ, ਸਤਿਕਾਰ ਖੁਸ਼ੀਆਂ ਨਿਤ ਨਵੀਆਂ, ਸਤਿਕਾਰ ਖੁਸ਼ੀਆਂ ਨਿਤ ਨਵੀਆਂ। ਪਰਮ ਸਤਿਕਾਰ ਯੋਗ ਜੁਗੋ ਜੁਗ ਅਟਲ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ, ਟਾਈਮ ਬਹੁਤ ਹੋ ਗਿਆ, ਮੈਂ ਸੰਗਤ ਨੂੰ ਪੁੱਛ ਲਵਾਂ ਵੀ ਥੱਕ ਤੇ ਨਹੀਂ ਗਏ, ਸੋਭਾ ਦੇ ਬੈਠੇ ਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੇ ਥੱਕ ਕੇ ਫਿਰ ਤੇ ਬਾਹਾਂ ਖੜੀਆਂ ਨਾ ਕਰਿਓ, ਜੇ ਚੜ੍ਹਦੀ ਕਲਾ ਚੋ ਤੇ ਬਾਹਾਂ ਖੜੀਆਂ ਕਰੋ ਸਾਰੀ ਸੰਗਤ। ਵਾਹ 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 ਜੀ, ਆਓ ਇਸੇ ਪਿਆਰ ਦੀ ਬਦੌਲਤ, ਕਿਉਂਕਿ ਥੋੜਾ ਜਿਹਾ ਜਨਰੇਟਰ ਦੇ ਵਿੱਚ ਪ੍ਰੋਬਲਮ ਪੈ ਗਈ, ਕਈ ਤਾਂ ਉੱਠ ਕੇ ਚਲੇ ਗਏ ਉਸੇ ਵੇਲੇ, ਕਿਉਂਕਿ ਧਿਆਨ ਨਹੀਂ ਨਾ ਜੁੜਿਆ ਗੁਰੂ ਸਾਹਿਬ ਦੇ ਚਰਨਾਂ ਦਾ। ਜੇ ਧਿਆਨ ਜੁੜਿਆ ਹੋਵੇ ਫਿਰ ਤੇ ਇੱਕ ਟੱਕ ਪਹਿਰਾ ਲੱਗਾ ਹੀ ਰਹਿੰਦਾ, ਗੁਰੂ ਸਾਹਿਬ ਦੇ ਚਰਨਾਂ ਨਾਲ ਬੰਦਾ ਜੁੜਿਆ ਹੀ ਰਹਿੰਦਾ। ਸਤਿਗੁਰੂ ਬਾਣੀ ਚ ਕਹਿੰਦੇ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ। ਜਦੋਂ ਲਿਵ ਲੱਗੀ ਹੋਵੇ ਨਾ ਸਾਧ ਸੰਗਤ ਜੀ, ਫਿਰ ਤੇ ਸਾਰੀ ਕਿਰਪਾ ਹੈ, ਤੇ ਜਿਸ ਵੇਲੇ ਲਿਵ ਟੁੱਟ ਜਾਏ ਨਾ ਗੁਰਮੁਖੋ, ਮੈਂ ਰਾਤ ਬੇਨਤੀ ਕੀਤੀ ਸੀ ਆਪਾਂ ਸਮਾਪਤੀ ਹੋਈ ਕਰਨੀ ਆ, ਕਿਉਂਕਿ ਸਮਾਂ ਬਹੁਤ ਹੋ ਗਿਆ, ਜੱਥੇ ਵੀ ਬਹੁਤ ਆਏ ਨੇ, ਤੇ ਸਾਡਾ ਦਿਲ ਨਹੀਂ ਕਰਦਾ ਵੀ ਕਿਸੇ ਦਾ ਵੀ ਦਿਲ ਦੁਖਾਇਆ ਜਾਵੇ, ਪਰ ਮਜਬੂਰੀ ਹੈ, ਕਿਉਂਕਿ ਸਮਾਂ 3 ਵਜੇ ਦਾ ਸੀਗਾ, ਦੇਖੋ 4:15 ਹੋ ਗਏ। ਧੰਨ ਸੰਗਤ ਹੈ, ਧੰਨ ਸੇਵਾਦਾਰ ਨੇ, ਧੰਨ ਉਹ ਨੇ ਜਿਹੜੇ ਸਾਰੀ ਦਿਹਾੜੀ ਦੇ ਧੁੱਪੇ ਹੀ ਖੜੇ ਨੇ ਸੇਵਾ ਦੇ ਵਿੱਚ, ਇਹ ਉਹਨਾਂ ਦੀ ਬਦੌਲਤ ਅਸੀਂ ਬੈਠੇ ਹਾਂ, ਸਾਡੇ ਪੱਲੇ ਕੁਝ ਨਹੀਂ ਸਾਧ ਸੰਗਤ, ਇਹ ਉਹਨਾਂ ਦੀ ਬਦੌਲਤ ਸਾਰਾ ਕੁਝ ਹੋ ਰਿਹਾ, ਜਿਹੜੇ ਸੁਬਾਹ ਤੋਂ ਲੈ ਕੇ ਅੱਜ ਦਾ ਦਿਨ ਹੀ ਨਹੀਂ, ਪਿੱਛੇ 6 ਤਰੀਕ ਤੋਂ ਲੱਗੇ ਨੇ, ਦਿਨ ਰਾਤ ਸੁੱਤੇ ਹੀ ਨਹੀਂ ਕਈ, ਇਹ ਉਹਨਾਂ ਦੀ ਬਦੌਲਤ ਹੈ ਸਾਰਾ ਕੁਝ। ਰਾਤ ਬੇਨਤੀ ਕੀਤੀ ਸੀ, ਜੈਸੀ ਉਪਜੀ ਪੇੜ ਤੇ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ। ਬਸ ਬੇਨਤੀ ਇੱਕੋ ਹੀ ਕਰਨੀ ਹੈ ਵੀ ਸਤਿਗੁਰੂ ਜਿਵੇਂ ਲਾਈ ਹੈ ਤੇ ਉਵੇਂ ਹੀ ਨਿਭਾ ਲਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਲਿਵ ਟੁੱਟੇ ਨਾ, ਜ਼ਿੰਦਗੀ ਵਿੱਚ ਥੜਕਾ ਨਾ ਆਵੇ, ਇੱਕ ਰਸ ਰਹਿਣਾ ਚਾਹੀਦਾ। ਗੁਰਮੁਖਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ, ਆਪਾਂ ਤਾਂ ਮਿੰਟ 'ਚ ਹੋਰ ਤਰ੍ਹਾਂ ਦੇ ਹੋ ਜਾਂਦੇ ਹਾਂ, 2 ਮਿੰਟਾਂ ਬਾਅਦ ਹੋਰ ਤਰ੍ਹਾਂ ਦੇ ਹੋ ਜਾਂਦੇ ਹਾਂ। ਜਿਵੇਂ ਕਹਿੰਦੇ ਨਾ, ਇੱਕ ਮਹਾਂਪੁਰਖ ਹਾਸ ਰਸ ਗੱਲ ਸੁਣਾਉਂਦੇ ਹੁੰਦੇ ਸੀ, ਉਹ ਕਹਿੰਦੇ ਇੱਕ ਮਰਾਸੀ ਖੂਹ ਤੇ ਪਾਣੀ ਭਰੀ ਜਾਵੇ। ਉਹਨਾਂ ਟਾਈਮਾਂ ਦੇ ਵਿੱਚ ਨਾ ਸਾਧ ਸੰਗਤ ਜੀ ਕੱਚੇ ਘੜੇ ਹੁੰਦੇ ਸੀ, ਕੱਚੇ, ਉਹ ਕੱਚੇ ਘੜੇ ਨਾ ਖੂਹ ਤੋਂ ਪਾਣੀ ਭਰੀ ਜਾਵੇ ਤੇ ਉਧਰੋਂ ਆਵਾਜ਼ ਆਈ, ਉਦੋਂ ਸਪੀਕਰ ਤਾਂ ਹੁੰਦੇ ਨਹੀਂ ਸੀ, ਹੁਣ ਤਾਂ ਸਪੀਕਰ ਆ ਗਏ। ਦੇਖੋ ਆ 5 ਮਿੰਟ ਸਪੀਕਰ ਬੰਦ ਹੋਇਆ, ਆਪਣਾ ਸਾਰਿਆਂ ਦਾ ਧਿਆਨ ਕਿਤੇ ਦੀ ਕਿਤੇ ਹੀ ਚੱਲਿਆ ਗਿਆ।
ਉਦੋਂ ਸਪੀਕਰ ਹੁੰਦੇ ਹੀ ਨਹੀਂ ਸੀ, ਉੱਦਾਂ ਹੀ ਗਾਉਂਦੇ ਹੁੰਦੇ ਸੀ, ਉੱਦਾਂ ਹੀ ਸ਼ਬਦ ਲਾਉਂਦੇ ਹੁੰਦੇ ਸੀ। ਉਹ ਮਰਾਸੀ ਘੜੇ ਨਾਲ ਪਾਣੀ ਭਰੇ ਤੇ ਉਧਰੋਂ ਸਪੀਕਰ ਚ ਕੋਈ ਸ਼ਬਦ ਲਾਵੇ, ਆ ਮਿਲ ਸਤਿਗੁਰ ਆ ਮਿਲ ਸਤਿਗੁਰ ਆ। ਉਮਰਾਸੀ ਘੜੇ ਚੋਂ ਪਾਣੀ ਭਰਦਾ 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 ਉਧਰ ਧਿਆਨ ਚੱਲਿਆ ਗਿਆ, ਉਹ ਗਾਉਣ ਵਾਲੇ ਤੋਂ ਕਿਤੇ ਲਿਵ ਟੁੱਟ ਗਈ ਤੇ ਗੁਰਮੁਖੋ ਉਹਦੇ ਤੋਂ ਸ਼ਬਦ ਜਦੋਂ ਉਹਨੇ ਪੜ੍ਹਿਆ ਨਾ ਆ ਮਿਲ ਸਤਿਗੁਰ ਆ ਆ ਆ, ਤਿੰਨ ਵਾਰੀ ਨਿਕਲ ਗਈ, ਲੈ ਟੁੱਟ ਗਈ, ਲਿਵ ਟੁੱਟ ਗਈ, ਲੈ ਟੁੱਟ ਗਈ। ਕਿਉਂਕਿ ਲੈ ਹੁੰਦੀ ਹੈ ਜਿਵੇਂ ਪਾਣੀ ਚੱਲਦਾ ਨਾ ਖਾਲ ਵਿੱਚ ਤੇ ਪਾਣੀ ਦੀ ਧਾਰਾ ਵਗਦੀ ਹੈ, ਇੱਦਾਂ ਲੈ ਹੁੰਦੀ ਹੈ। ਜਦੋਂ ਲੈ ਟੁੱਟ ਜੇ ਫਿਰ ਆਨੰਦ ਹੀ ਭੰਗ ਹੋ ਜਾਂਦਾ। ਉਹ ਮਰਾਸੀ ਵਿਚਾਰਾ ਪਾਣੀ ਭਰੇ ਤੇ ਗੁਰਮੁਖੋ ਜਦੋਂ ਉਧਰੋਂ ਲੈ ਟੁੱਟੀ, ਉਹਨੇ ਘੜਾ ਛੱਡ ਦਿੱਤਾ ਪਾਣੀ ਵਿੱਚ ਤੇ ਘੜਾ ਟੁੱਟ ਗਿਆ, ਪਾਣੀ ਡੁੱਲ ਗਿਆ। ਕਿਸੇ ਭਲੇ ਮਾਣਸ ਨੇ ਉਹਨੂੰ ਆਖਿਆ, ਕਹਿੰਦੇ ਮਰਾਸੀਆ ਤੂੰ ਪਾਣੀ ਭਰਦਾ ਸੀ, ਤੂੰ ਘੜਾ ਵੀ ਤੋੜ ਲਿਆ, ਪਾਣੀ ਨਹੀਂ ਭਰਿਆ, ਕੀ ਗੱਲ, ਪਾਣੀ ਬਿਨਾਂ ਜਵਾਕ ਪਿਆਸੇ ਮਰ ਜਾਣਗੇ ਤੇਰੇ। ਉਹ ਕਹਿੰਦਾ ਨਾ ਤਾਂ ਗੱਲ ਘੜੇ ਦੀ ਹੈ, ਘੜਾ ਟੁੱਟ ਗਿਆ ਹੋਰ ਵੀ ਬਣ ਜੂ, ਪਾਣੀ ਡੁੱਲ ਗਿਆ ਹੋਰ ਵੀ ਭਰ ਜੂ। ਕਹਿੰਦਾ ਜਿਹੜੀ ਤਾਰੋਂ ਲੈ ਗਈ ਉਹਦਾ ਬਣਦਾ ਹੀ ਕੁਝ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਤਾਰੋਂ ਲੈ ਗਈ ਨਾ ਥੱਲੇ, ਭਾਵ ਕਿ ਜਿਹਦੀ ਲਿਵ ਟੁੱਟ ਗਈ ਤਾਰ ਤੋਂ ਥੱਲੇ ਹੋ ਗਈ, ਬੇਤਾਰ ਹੋ ਗਈ ਬੇਤਾਰ, ਉਹਦਾ ਕਹਿੰਦਾ ਕੁਝ ਨਹੀਂ ਬਣਨਾ। ਤੇ ਜਿਹਦੀ ਗੁਰਮੁਖੋ ਲਿਵ ਟੁੱਟ ਜਾਏ ਨਾ, ਫਿਰ ਆਨੰਦ ਨਹੀਂ ਆਉਂਦਾ ਤੇ ਹਾਜ਼ਰੀ ਨਹੀਂ ਲੱਗਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਸਮਾਪਤੀ ਤੇ ਖੁਸ਼ੀਆਂ ਲੈ ਕੇ ਜਾਣੀ ਹੈ। ਇੰਨੇ ਦਿਨ ਦੇਖੋ ਸੇਵਾ ਕੀਤੀ, ਜੇ ਹੁਣ ਆਪਾਂ 2 ਮਿੰਟਾਂ ਲਈ ਛੇਤੀ ਭੱਜੇ ਵੀ ਛੇਤੀ ਘਰਾਂ ਨੂੰ ਚੱਲੀਏ, ਘਰ ਵੀ ਉੱਥੇ ਹੀ ਰਹਿਣੇ ਨੇ, ਸਭ ਕੁਝ ਉੱਥੇ ਹੀ ਰਹਿਣਾ। ਆ ਸਮਾਂ ਇੱਕ ਦਿਨ ਹੁੰਦਾ ਸਾਲ ਪਿੱਛੋਂ, ਇੱਕ ਦਿਨ ਸਮਾਂ ਹੁੰਦਾ ਗੁਰਮੁਖੋ, ਜਿਹੜਾ ਸਮਾਂ ਆਪਾਂ ਸਤਿਗੁਰ ਦੇ ਨਾਲ ਗੁਜ਼ਾਰਦੇ। ਤੇ ਸਤਿਗੁਰੂ ਬਾਣੀ ਚ ਕਹਿੰਦੇ ਨੇ ਜਿਨ੍ਹਾਂ ਦਾ ਸਮਾਂ, ਕਿਸੇ ਦਾ ਸਮਾਂ ਕਿਤੇ ਲੱਗਦਾ, ਕਿਸੇ ਦਾ ਸਮਾਂ ਕਿਤੇ ਲੱਗਦਾ, ਤੇ ਸਤਿਗੁਰ ਦੇ ਪਿਆਰਿਆਂ ਦਾ ਸਮਾਂ ਸਤਿਗੁਰ ਦੀ ਗੋਦ ਵਿੱਚ ਲੱਗਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਸਵੇਰ ਦੇ ਬੈਠੇ ਨੇ, ਇੱਕੋ ਹੀ ਤਾਰ ਵੱਜੀ ਜਾਂਦੀ ਹੈ ਇੱਕੋ ਹੀ, ਇਹ ਤਾਂ ਦੇਖਣ ਨਾਲ ਹੀ ਪਤਾ ਲੱਗ ਜਾਂਦਾ ਵੀ ਜਿਹੜੇ ਰੰਗੇ ਹੋਏ ਨੇ, ਇੱਕ ਉਹ ਨੇ ਜਿਹੜੇ ਰੰਗੇ ਹੋਏ ਨੇ, ਸਤਸੰਗ ਦੂਰੋਂ ਦੂਰੋਂ ਚੱਲ ਕੇ ਆਏ ਨੇ, ਰੰਗੇ ਹੋਏ ਨੇ, ਉਹ ਨਹੀਂ ਦੇਖਦੇ ਵੀ ਕੀ ਹੋ ਰਿਹਾ, ਕੌਣ ਕੀ ਕਰ ਰਿਹਾ, ਬਸ ਅੱਖਾਂ ਮੀਚ ਕੇ ਬੈਠੇ ਨੇ ਵੀ ਅੱਜ ਬਾਬਾ ਨਰੈਣ ਸਿੰਘ ਜੀ ਦੇ ਦਰਸ਼ਨ ਕਰਕੇ ਹੀ ਜਾਣੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਦਰਸ਼ਨ ਹੋ ਜਾਂਦੇ ਨੇ ਬੈਠੇ ਬੈਠੇ, ਦਰਸ਼ਨ ਹੋ ਜਾਂਦੇ ਨੇ। ਆ ਜੰਡੀ ਤੋਂ ਗੁਰਮੁਖ ਆਉਂਦੇ ਸੀਗੇ, ਜੰਡੀ ਤੋਂ ਰਾਤ ਨੂੰ ਤਕਰੀਬਨ 3 ਦਿਨ ਹੀ ਆਏ ਨੇ ਉਹ ਰਾਤ ਨੂੰ ਜੰਡੀ ਪਿੰਡ, ਹੋ ਸਕਦਾ ਅੱਜ ਵੀ ਕੋਈ ਬੈਠਾ ਹੋਵੇ। ਮੈਨੂੰ ਉਹਨਾਂ ਨੇ ਫੋਨ ਤੇ ਦੱਸਿਆ, ਉੱਥੇ ਦੀਵਾਨ ਲੱਗੇ ਸੀਗੇ ਜੰਡੀ, ਆ ਪਿਛਲੇ ਦਿਨਾਂ 'ਚ 3 ਦੀਵਾਨ ਸੀਗੇ ਉੱਥੇ, ਇਸ ਸਥਾਨ ਤੋਂ 3 ਦੀਵਾਨ ਲੱਗੇ ਸੀ। ਉਹਨਾਂ ਨੇ ਕੀਤਾ ਅੰਮ੍ਰਿਤ ਸੰਚਾਰ ਤੇ 5 ਪਿਆਰੇ ਆਏ ਅੰਮ੍ਰਿਤ ਛਕਾਉਣ। ਸੁਣਨ ਵਾਲੀ ਗੱਲ ਹੈ, 5 ਪਿਆਰੇ ਅੰਮ੍ਰਿਤ ਛਕਾਉਣ ਆਏ ਤੇ ਅੰਮ੍ਰਿਤ ਛਕਾਈ ਜਾਂਦੇ ਨੇ ਸਾਰਿਆਂ ਨੂੰ, ਸਿਰ 'ਚ ਪਾਈ ਜਾਂਦੇ ਨੇ ਅੰਮ੍ਰਿਤ, ਅੱਖਾਂ 'ਚ ਪਾਈ ਜਾਂਦੇ ਨੇ। ਇੱਕ ਲੜਕੀ ਆਈ ਅੰਮ੍ਰਿਤਸਰ ਏਰੀਏ 'ਚੋਂ, ਲੜਕੀ ਉਹਦੀ 19-20 ਸਾਲ ਦੀ ਉਮਰ ਹੋਣੀ ਹੈ, ਉਹ ਅੰਮ੍ਰਿਤ ਛਕਣ ਆ ਗਈ ਕਿਸੇ ਤੋਂ ਪੁੱਛ ਕੇ। ਜਦੋਂ ਅੰਮ੍ਰਿਤ ਛਕਾਉਂਦੇ ਨੇ 5 ਪਿਆਰੇ, ਤੇ 5 ਪਿਆਰਿਆਂ ਨੇ ਅੰਮ੍ਰਿਤ ਛਕਾ ਕੇ ਨਾ, 5 ਪਿਆਰਿਆਂ ਨੇ, ਕਿਉਂਕਿ ਜਿਹੜੇ 5 ਪਿਆਰੇ ਹੁੰਦੇ ਨੇ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੀ ਹੁੰਦੇ ਨੇ ਉਸ ਵੇਲੇ,
ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ ਤੁਸੀਂ ਜਿਹਨਾਂ ਨੇ ਛਕਿਆ ਉਹ ਯਾਦ ਕਰ ਲਓ ਸਮਾਂ, ਉਦੋਂ ਪੰਜ ਪਿਆਰੇ ਨਹੀਂ ਦਿਸਦੇ, ਬਾਜਾਂ ਵਾਲੇ ਆਪ ਆ ਜਾਂਦੇ, ਉਦੋਂ ਹਾਜ਼ਰ ਹੋ ਜਾਂਦੇ ਆ ਉੱਥੇ ਗੁਰੂ ਸਾਹਿਬ ਜਦੋਂ ਅੰਮ੍ਰਿਤ ਛਕਾਉਂਦੇ ਨੇ। ਅੰਮ੍ਰਿਤ ਕੋਈ ਸੌਖੀ ਗੱਲ ਨਹੀਂ ਪਿਆਰਿਓ, ਅੰਮ੍ਰਿਤ ਬਣਾਉਣਾ ਤੇ ਅੰਮ੍ਰਿਤ ਛਕਾਉਣਾ। ਉਹ ਅੰਮ੍ਰਿਤ ਛਕਾਉਣ ਲੱਗੇ ਤੇ ਗੁਰਮੁਖੋ ਪੰਜ ਪਿਆਰੇ ਕਹਿਣ ਲੱਗੇ, ਸੰਗਤ ਜੀ ਸਾਰੇ ਅੱਖਾਂ ਮੀਚ ਲੋ। ਕਹਿੰਦੇ ਜੀ ਅੱਖਾਂ ਕਿਉਂ ਮੀਚਣੀਆਂ ਨੇ? ਕਹਿੰਦੇ ਅੱਜ ਕਰਮਾਂ ਵਾਲਿਆਂ ਨੂੰ ਕਲਗੀ ਧਰ ਦੇ ਦਰਸ਼ਨ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕਰਮਾਂ ਵਾਲਿਆਂ ਨੂੰ ਦਰਸ਼ਨ ਹੋਣਗੇ, ਸਾਰਿਆਂ ਨੇ ਅੱਖਾਂ ਮੀਚ ਲੀਆਂ। ਉਹ ਬੱਚੀ ਉੱਠ ਕੇ ਨਾ ਗੁਰਮੁਖੋ ਬਰਾਗ ਚ ਆ ਗਈ, ਰੌਲਾ ਪਾਉਣ ਲੱਗ ਗਈ, ਕਹਿਣ ਲੱਗੇ ਤੈਨੂੰ ਕੀ ਹੋ ਗਿਆ ਅੱਖਾਂ ਮੀਚ ਕੇ? ਉਹ ਕਹਿੰਦੀ ਮੇਰੇ ਸਾਹਮਣੇ ਕਲਗੀਆਂ ਵਾਲੇ ਸਤਿਗੁਰੂ ਖੜੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੱਖਾਂ ਖੋਲਦੇ? ਉਹ ਕਹਿੰਦੀ ਜੇ ਅੱਖਾਂ ਖੋਲਦੀਆਂ ਸਰੂਪ ਪਾਸੇ ਹੋ ਜਾਣਾ, ਅੱਖਾਂ ਨਹੀਂ ਖੋਲਣੀਆਂ। ਸਤਿਗੁਰੂ ਦਿਸੀ ਜਾਂਦੇ ਨੇ, ਆ ਮੂਹਰੇ ਆ ਗਏ ਨੇ ਸਤਿਗੁਰੂ, ਅੱਖਾਂ ਨਹੀਂ ਖੋਲਣੀਆਂ, ਨਹੀਂ ਤਾਂ ਸਰੂਪ ਚੱਲਿਆ ਜਾਣਾ, ਫਿਰ ਦਰਸ਼ਨ ਹੋਣੇ ਨਹੀਂ ਗੁਰਮੁਖੋ। ਦਰਸ਼ਨ ਹੋ ਜਾਂਦੇ ਨੇ ਪਿਆਰ ਵਾਲਿਆਂ ਦੇ, ਪਰ ਕਿੰਨਾ ਨੂੰ ਹੁੰਦੇ ਨੇ? ਜਿਹੜੇ ਆ ਬੇਨਤੀ ਕਰੀ ਜਾਂਦੇ ਨੇ, ਸਾਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਚਰਨਾਂ ਦੇ ਨਾਲ ਜੋੜ, ਚਰਨਾਂ ਦੀ ਮੌਜ ਸਾਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ ਸਾਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ ਸਾਨੂੰ ਰੱਖੀ ਚਰ। ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ
ਸਤਿਗੁਰੂ ਜੀ ਭਾਵੇਂ ਕੁਝ ਨਾ ਹੋਵੇ ਤੇਰੇ ਚਰਨਾਂ ਨਾਲ ਜੁੜੇ ਰਹੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਹੁਣ ਚਲੇ ਜਾਣਾ ਪਿਆਰੋ ਅਗਲੇ ਸਾਲ ਤੇ ਗਈ ਗੱਲ 2018 ਤੇ ਗਈ ਗੱਲ ਅਪ੍ਰੈਲ ਦੇ ਮਹੀਨੇ ਦੇ ਵਿੱਚ ਪਤਾ ਨਹੀਂ ਕਿਹੜੇ ਹੋਵਾਂਗੇ ਕਿਹੜੇ ਨਹੀਂ ਹੋਵਾਂਗੇ। ਅੱਜ ਏਦਾਂ ਹਾਜ਼ਰੀ ਲਾਈਏ ਵੀ ਸਾਡਾ ਜੀਵਨ ਸਫਲਾ ਹੋ ਜਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਿੰਟ ਰਹਿ ਗਏ 5 ਕਿਉਂਕਿ 4 ਵਜੇ ਸਮਾਪਤੀ ਆਪਾਂ ਕਰ ਦੇਣੀ ਆ। ਸੰਗਤ ਤਾਂ ਪਿਆਰ ਵਾਲੀ ਹੁੰਦੀ ਹੈ ਉਹ ਤੇ ਕਹਿੰਦੇ ਬਾਬਾ ਜੀ ਕੋਈ ਗੱਲ ਨੀ। ਰਾਤ ਦੇ ਦੀਵਾਨ ਸੀਗੇ ਕਈ ਮੈਨੂੰ ਕਹਿਣ ਬਾਬਾ ਜੀ ਕੋਈ ਗੱਲ ਨੀ ਜੇ 12 ਵੱਜ ਜਾਣਗੇ ਫਿਰ ਕੀ ਹੈ ਰੋਜ਼ ਸੌਂਦੇ ਹੀ ਆ। ਤੇ ਕਈ ਏਦਾਂ ਦੇ ਵੀ ਹੁੰਦੇ ਨੇ ਕਹਿੰਦੇ ਬਾਬੇ ਹਟਦੇ ਹੀ ਨੀ ਅੱਧੀ ਰਾਤ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਵੀ ਏਦਾਂ ਦੇ ਹੋਣਗੇ ਵੀ ਪੱਠੇ ਪਾਉਣੇ ਆ ਬਾਬਾ ਜੀ ਘਰੇ ਮੱਝਾਂ ਖੜੀਆਂ ਨੇ ਸਮਾਪਤੀ ਕਿਹੜੇ ਵੇਲੇ ਹੋਣੀ ਆ। ਇਹ ਤਾਂ ਗੱਲਾਂ ਪਿਆਰ ਵਾਲਿਆਂ ਦੀਆਂ ਪਿਆਰੇ ਕੰਮ ਤਾਂ ਚੱਲੀ ਗਏ ਨੇ ਚੱਲੀ ਜਾਣੇ ਨੇ ਇਹ ਰੁਕਣੇ ਨੀ। ਬੰਦੇ ਨੇ ਚੱਲਿਆ ਜਾਣਾ ਕੰਮ ਅੱਜ ਤੱਕ ਕਿਸੇ ਦਾ ਨਹੀਂ ਰੁਕਿਆ ਕੰਮ ਤੇ ਚੱਲੀ ਜਾਣੇ ਨੇ। ਮਿੰਟ 5 ਰਹਿ ਗਏ ਮੈਂ ਤੁਹਾਨੂੰ ਇੱਕ ਇਤਿਹਾਸਕ ਗੱਲ ਸੁਣਾ ਕੇ ਸਮਾਪਤੀ ਕਰਦੇ ਕਿਉਂਕਿ ਬਾਬਾ ਜੀ ਦੀ ਬਰਸ਼ੀ ਦਾ ਸਮਾਗਮ ਹੈ ਤੇ ਸਾਂਝ ਪੈ ਜੇ ਗੂੜੀ ਸਾਡੀ ਗੂੜੀ ਸਾਂਝ ਪੈ ਜੇ ਤੇ ਸਾਧ ਸੰਗਤ ਜੀ ਜਿਨ੍ਹਾਂ ਦੀ ਗੂੜੀ ਸਾਂਝ ਹੁੰਦੀ ਹੈ ਨਾ ਉਹ ਟੁੱਟਦੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਤਾਂ ਛਾਲਣ ਵਾਲੇ ਹੁੰਦੇ ਨੇ ਵੀ ਲੱਭੇ ਸਹੀ ਗੱਲ ਕੋਈ ਲੱਭੇ ਸਹੀ ਸਾਰਾ ਨਹੀਂ ਚੀਜ਼ ਦੇਖਣੀ ਸਾਰਾ ਨਹੀਂ ਕੁਝ ਦੇਖਣਾ ਸਾਰਾ ਇਹ ਨਹੀਂ ਦੇਖਣਾ ਵੀ ਮਹਾਂਪੁਰਖਾਂ ਨੇ ਕੀ ਸੁਣਾਇਆ ਇਹ ਨਹੀਂ ਦੇਖਣਾ। ਆ ਕੱਲ ਨੂੰ ਪੁੱਛ ਲਿਓ ਕਿੱਦਾਂ ਹੈ ਕਹਿੰਦੇ ਹੋਰ ਤਾਂ ਸਾਰਾ ਕੁਝ ਠੀਕ ਸੀਗਾ 10 ਮਿੰਟ ਵਿੱਚੋਂ ਜਨਰੇਟਰ ਬੰਦ ਹੋ ਗਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਨਹੀਂ ਚੇਤੇ ਰਹਿਣਾ ਵੀ ਬਾਬੇ ਕਿਹੜੇ ਕਿਹੜੇ ਆਏ ਸੀ ਸੰਤ ਕਿਹੜੇ ਕਿਹੜੇ ਆਏ ਸੀ ਉਹਨਾਂ ਨੂੰ ਆਹ ਗੱਲ ਚੇਤੇ ਰਹਿਣੀ ਹੈ ਵੀ 10 ਮਿੰਟ ਜੀ ਉਹ ਬਿਲਕੁਲ ਬੰਦ ਹੋ ਗਏ ਜਨਰੇਟਰ ਕਿਉਂਕਿ ਸਭ ਕੁਝ ਭੁੱਲ ਜਾਣਾ ਸੁਰਤੀ ਉੱਥੇ ਅਟਕ ਜਾਣੀ ਆ ਸਾਧ ਸੰਗਤ। ਪਰ ਪਿਆਰ ਵਾਲਿਆਂ ਨੇ ਕੀ ਕਹਿਣਾ ਪਿਆਰ ਵਾਲਿਆਂ ਨੇ ਕਹਿਣਾ ਵੀ ਇੰਨੀਆਂ ਮੌਜਾਂ ਬਣੀਆਂ। ਕੱਲ ਮੈਨੂੰ ਇੱਕ ਸਿੰਘ ਕਹਿੰਦਾ ਬਾਬਾ ਜੀ ਅੱਜ ਸ਼ਾਮ ਤੋਂ ਬਾਅਦ ਅਸੀਂ ਆਉਣ ਸੋਚਦੇ ਹਾਂ ਵੀ ਆ ਰੌਣਕ ਕਿੱਥੇ ਲੱਭੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਵੀ ਦੇਖੇ ਜਾਂਦੇ ਵੀ ਹੁਣ ਇੰਨੀ ਰੌਣਕ ਸੀਗੀ ਆ ਤੁਸੀਂ ਸਾਰਿਆਂ ਨੇ ਸ਼ਾਮ ਨੂੰ ਚਲੇ ਜਾਣਾ ਤੇ ਅਸੀਂ ਗੁਰਮੁਖੋਂ ਇੱਥੇ ਦੇਖਦੇ ਰਹਿ ਜਾਣਾ ਵੀ ਸੰਗਤ ਕਿੱਧਰ ਨੂੰ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤਾਂ ਨੇ ਚਲੇ ਜਾਣਾ ਰੌਣਕਾਂ ਸੰਗਤ ਨਾਲ ਹੀ ਨੇ ਆ ਗੁਰੂ ਸਾਹਿਬ ਨਾਲ ਹੀ ਰੌਣਕਾਂ ਨੇ ਸਾਰੀਆਂ। ਤੇ ਪਿਆਰ ਵਾਲਿਆਂ ਦੀ ਗੱਲ ਇੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾ ਗੁਰਮੁਖ ਪਿਆਰੇ ਹੋਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਚੱਲੇ ਨਾ ਉਹਨਾਂ ਦਾ ਇੱਕ ਪ੍ਰੇਮੀ ਹੋਇਆ ਜਿਵੇਂ ਬਾਬਾ ਜੀ ਮਸੰਦਾਂ ਦੀ ਗੱਲ ਸੁਣਾਉਂਦੇ ਸੀ ਮੈਨੂੰ ਯਾਦ ਆ ਗਿਆ ਵੀ ਦੇਖੋ ਮਸੰਦ ਮਾੜੇ ਵੀ ਸੀਗੇ ਇਹ 'ਚ ਕੋਈ ਗੱਲ ਨਹੀਂ ਮਾੜੇ ਵੀ ਮਸੰਦ ਸੀਗੇ। ਬਾਬਾ ਅਵਤਾਰ ਸਿੰਘ ਜੀ ਨੇ ਗੱਲ ਸੁਣਾਈ ਨਾ ਵੀ ਮਸੰਦ ਮਾੜੇ ਸੀ ਜਿਹਨਾਂ ਨੇ ਰਾਤ ਦੇ ਦੀਵਾਨ ਸੁਣੇ ਨੇ ਮਾੜੇ ਵੀ ਸੀ ਸਾਧ ਸੰਗਤ ਤੇ ਮਸੰਦ ਚੰਗੇ ਵੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਮਸੰਦ ਸੀ ਜਿਹਦਾ ਨਾਮ ਸੀ ਭਾਈ ਫੱਗੋ। ਬਨਾਰਸ ਕੋਲੇ ਪਿੰਡ ਸੀਗਾ ਭਾਈ ਫੱਗੋ ਦਾ ਆਪਣਾ ਛੋਟਾ ਜਿਹਾ ਘਰ ਸੀਗਾ ਕੱਚਾ। ਇੱਕ ਦਿਨ ਕੀ ਹੋਇਆ ਭਾਈ ਫੱਗੋ ਨਾ ਜਿਹੜੀ ਬਾਰ ਵਿੱਚ ਡਿਓੜੀ ਹੁੰਦੀ ਹੈ ਆਪਾਂ ਗੇਟ ਵੀ ਕਹਿ ਦਿੰਦੇ ਹਾਂ ਡਿਓੜੀ ਵੀ ਕਹਿ ਦਿੰਦੇ ਹਾਂ ਆਪਾਂ ਗੇਟ ਬਣਾਇਆ ਹੁੰਦਾ ਨਾ ਦਰਵਾਜ਼ਾ। ਇੱਕ ਦਿਨ ਭਾਈ ਫੱਗੋ ਦਰਵਾਜ਼ਾ ਬਣਾ ਰਿਹਾ ਤੇ ਦਰਵਾਜ਼ਾ ਬਹੁਤ ਉੱਚਾ ਰੱਖੀ ਬੈਠਾ ਆਮ ਲੋਕਾਂ ਨਾਲੋਂ ਬਹੁਤ ਉੱਚੀ ਡਿਓੜੀ ਬਣਾਈ ਬੈਠਾ। ਸਾਰੇ ਦੇਖਦੇ ਨੇ ਲੰਘਦੇ ਲੰਘਦੇ ਕਹਿੰਦੇ ਫੱਗੋ ਇਹ ਗਰੀਬ ਜਿਹਾ ਸਿੱਖ ਹੈ
ਕੱਚਾ ਘਰ ਹੈ ਤੇ ਜਿਹੜੀ ਡਿਓਢੀ ਬਣਾ ਰਿਹਾ ਬਹੁਤ ਉੱਚੀ ਬਣਾ ਰਿਹਾ, ਲੋਕਾਂ ਨਾਲੋਂ ਬੜਾ ਉੱਚਾ ਗੇਟ ਬਣਾ ਰਿਹਾ। ਇੱਕ ਕੋਲੇ ਆ ਗਿਆ, ਕਹਿੰਦਾ ਫੱਗੋ ਇੱਕ ਗੱਲ ਪੁੱਛਣੀ ਹੈ। ਉਹ ਕਹਿੰਦਾ ਭਾਈ ਪੁੱਛੋ। ਕਹਿੰਦੇ ਇੰਨਾ ਉੱਚਾ ਗੇਟ ਬਣਾ ਰਿਹਾ, ਤੇਰੇ ਘਰੇ ਔਰੰਗਜ਼ੇਬ ਦੀ ਸਵਾਰੀ ਆਉਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਔਰੰਗਜ਼ੇਬ ਦੀ ਸਵਾਰੀ, ਉਹ ਹਾਥੀ ਤੇ ਆਉਂਦੇ ਨੇ, ਹਾਥੀ ਉੱਚਾ ਬਹੁਤ ਹੁੰਦਾ। ਆਮ ਕਹਾਵਤ ਬਣੀ ਹੈ ਹਾਥੀਆਂ ਵਾਲਿਆਂ ਨਾਲ ਪਿਆਰ ਪਾ ਕੇ ਦਰਵਾਜ਼ੇ ਖੁੱਲੇ ਰੱਖਣੇ ਚਾਹੀਦੇ। ਕਹਿਣ ਲੱਗੇ ਬਈ ਤੇਰੇ ਘਰੇ ਹਾਥੀ ਤੇ ਸਵਾਰੀ ਆਉਣੀ ਹੈ ਬਾਦਸ਼ਾਹ ਦੀ। ਭਾਈ ਫੱਗੋ ਦੇ ਅੱਖਾਂ ਚ ਹੰਝੂ ਆ ਗਏ। ਕਹਿੰਦਾ ਬਾਦਸ਼ਾਹ ਨੇ ਨਹੀਂ ਆਉਣਾ, ਮੇਰੇ ਘਰੇ ਸੱਚੇ ਬਾਦਸ਼ਾਹ ਨੇ ਆਉਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨਿਆਵੀ ਬਾਦਸ਼ਾਹ ਨੇ ਨਹੀਂ ਆਉਣਾ, ਸੱਚੇ ਬਾਦਸ਼ਾਹ ਨੇ ਆਉਣਾ। ਕਹਿੰਦੇ ਕਿਹੜੇ ਸੱਚੇ ਬਾਦਸ਼ਾਹ ਨੇ? ਕਹਿੰਦੇ ਆ ਦੁਨੀਆਂ ਦੇ ਰਾਜੇ ਨੀ ਉਹਨਾਂ ਦੀ ਰੀਸ ਕਰਦੇ, ਆ ਦੁਨੀਆਂ ਦੇ ਬਾਦਸ਼ਾਹ ਨੀ ਉਹਨਾਂ ਦੀ ਰੀਸ ਕਰਦੇ, ਮੇਰੇ ਸੱਚੇ ਬਾਦਸ਼ਾਹ। ਮੇਰੇ ਗੁਰਾਂ ਵਰਗਾ ਨਾ ਕੋਈ ਰਾਜਾ ਹੋਵੇ ਦੁਨੀਆਂ ਦਾ, ਗੁਰਾਂ ਵਰਗਾ ਰਾਜਾ ਹੋਵੇ। ਭਾਵੇਂ ਹਜ਼ਾਰ ਰਾਜਾ ਹੋਵੇ, ਮੇਰੇ ਗੁਰੂ ਵਰਗਾ ਇੱਕ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਨੇ ਸ਼ਰਧਾ, ਤੇ ਇਹ ਅੱਜ ਤੁਸੀਂ ਲੈ ਕੇ ਜਾਣੀ ਆ ਸਾਰਿਆਂ ਨੇ। ਜੇ ਲੈ ਕੇ ਜਾਓਗੇ ਨਾ ਤੇ ਮੈਂ ਗਰੰਟੀ ਦਿੰਦਾ ਇਹ ਗੱਲ ਦੀ,
ਇੱਕ ਦਿਨ ਸਤਿਗੁਰ ਆਉਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਦਿਨ ਆਉਣਗੇ। ਸਮਾਂ ਪੈ ਸਕਦਾ ਸਾਲ, ਦੋ ਸਾਲ, ਤਿੰਨ ਸਾਲ, ਇੱਕ ਦਿਨ ਜ਼ਰੂਰ ਆਉਣਗੇ ਪਿਆਰਿਆ, ਪਰ ਆ ਭਾਵਨਾ ਹੋਵੇ। ਭਾਈ ਫੱਗੋ ਨੂੰ ਕਹਿਣ ਲੱਗੇ, ਕਹਿੰਦੇ ਇੰਨਾ ਉੱਚਾ ਬਾਰ ਬਣਾਇਆ ਕੀ ਗੱਲ? ਕਹਿੰਦਾ ਮੇਰੀ ਅਰਦਾਸ ਹੈ ਇੱਕ, ਆ ਕਰਿਓ ਸਾਰੇ। ਕਹਿੰਦਾ ਮੇਰੀ ਅਰਦਾਸ ਹੈ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਆਉਣ ਤੇ ਮੇਰੇ ਮਾਲਕ ਘੋੜੇ ਤੇ ਚੜੇ ਚੜਾਈ ਮੇਰੇ ਘਰੇ ਆ ਜਾਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੋੜੇ ਤੋਂ ਉਤਰਨਾ ਨਾ ਪਵੇ, ਸਮੇਤ ਘੋੜੇ ਮੇਰੇ ਘਰੇ ਆ ਜਾਣ, ਤੇ ਜਦੋਂ ਮਾਲਕ ਦਾ ਘੋੜਾ ਮੇਰੇ ਘਰ ਆਵੇਗਾ ਨਾ ਤੇ ਮੇਰੀ ਸ਼ਰਧਾ ਪੂਰੀ ਹੋ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀਤੀ ਅਰਦਾਸ, ਸਾਰੇ ਕਹਿੰਦੇ ਕਹਿੰਦੇ ਫੱਗੋ ਤੂੰ ਗਰੀਬ ਜਿਹਾ ਬੰਦਾ, ਤੇਰੇ ਘਰੇ ਮਹਾਰਾਜ ਨੇ ਕੀ ਲੈਣ ਆਉਣਾ? ਉਹ ਕਹਿੰਦਾ ਸਤਿਗੁਰੂ ਜਾਂਦੇ ਹੀ ਗਰੀਬਾਂ ਦੇ ਨੇ, ਉਹ ਤੇ ਹੈ ਹੀ ਗਰੀਬਾਂ ਦੇ ਨੇ। ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ, ਮੇਰਾ 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 ਸਾਹਿਬ ਯਾਰ ਗਰੀਬਾਂ ਦਾ, ਸਾਹਿਬ ਯਾਰ ਗਰੀਬਾਂ ਦਾ, ਮੇਰਾ ਸਾਹਿਬ ਯਾਰ ਗਰੀਬਾਂ ਦਾ, ਮੇਰਾ ਸਾਹਿਬ ਯਾਰ ਗਰੀਬਾਂ ਦਾ, ਸਾਹਿਬ ਯਾਰ ਗਰੀਬਾਂ ਦਾ, ਮੇਰਾ ਸਾਹਿਬ ਯਾਰ ਗਰੀਬਾਂ ਦਾ। ਕੋਈ ਵੇਖ ਲਵੋ ਅਜਵਾ ਕੇ, ਵੇਖ ਲਵੋ ਅਜਵਾ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਕੋਈ ਦੇਖ ਲਵੋ ਅਜਵਾ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ, ਦੇਖ ਲਵੋ ਅਜਮਾ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਮਾਲਕ ਭਾਗੋ ਦੇ ਪੂੜੇ ਛੱਡ ਕੇ, 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 ਬੈਠਾ ਲਾਲੋ ਦੇ ਘਰ ਜਾ ਕੇ, ਲਾਲੋ ਦੇ ਘਰ ਜਾ ਕੇ, ਜੀ ਮੇਰਾ ਸਤਿਗੁਰ ਯਾਰ, ਸਤਿਗੁਰ ਯਾਰ ਗਰੀਬਾਂ ਦਾ। ਕੋਈ ਦੇਖ ਲਵੋ ਅਜਮਾ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਕੋਈ ਦੇਖ ਲਵੋ ਅਜਮਾ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਮਾਲਕ ਭਾਗੋ ਦੇ ਪੂੜੇ ਛੱਡ ਕੇ, ਬੈਠਾ ਲਾਲੋ ਦੇ ਘਰ ਜਾ ਕੇ, ਮੇਰਾ ਸਤਿਗੁਰ ਯਾਰ ਗਰੀਬਾਂ। ਕਹਿੰਦੇ ਉਹ ਤੇ ਹੈ ਹੀ ਗਰੀਬਾਂ ਦੇ ਨੇ। ਕੀਤੀ ਅਰਦਾਸ, ਆ ਸੁਣਿਓ ਹੁਣ ਗੁਰਮੁਖੋ, ਸਮਾਪਤੀ ਕਰੀਏ। ਮਹਾਰਾਜ ਲੰਘਣ ਲੱਗੇ ਪਿੰਡ ਵਿੱਚ ਦੀ, ਸਿੰਘ ਕਹਿੰਦੇ ਮਹਾਰਾਜ ਸਿੱਧਾ ਜਾਣਾ ਆਪਾਂ।
ਤੇ ਘੋੜਾ ਆਪਣੇ ਆਪ ਹੀ ਮੁੜ ਗਿਆ ਭਾਈ ਫੱਗੋ ਦੇ ਘਰ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘ ਕਹਿੰਦੇ ਮਹਾਰਾਜ ਆਪਾਂ ਇੱਧਰ ਨੂੰ ਜਾਣਾ ਹੈ। ਸਤਿਗੁਰੂ ਕਹਿੰਦੇ ਘੋੜਾ ਆਪੇ ਹੀ ਲਈ ਜਾਂਦਾ, ਮੈਂ ਤੇ ਬਥੇਰਾ ਰੋਕਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਈ ਜਾਂਦੇ ਨੇ ਪਾਤਸ਼ਾਹ ਨੂੰ ਤੇ ਗੁਰਮੁਖੋ ਤੁਰਦੇ ਤੁਰਦੇ ਮਾਲਕ ਜੀ ਫੱਗੋ ਦੇ ਦਰਵਾਜ਼ੇ ਮੂਹਰੇ ਆ ਗਏ। ਸਿੱਖ ਕਹਿੰਦੇ ਪਾਤਸ਼ਾਹ ਉਤਰੋ ਘੋੜੇ ਤੋਂ, ਆਪਾਂ ਉਤਰ ਕੇ ਘਰ ਜਾਈਏ। ਇਹਨੂੰ ਕਹਿੰਦੇ ਨੇ ਅੰਤਰਜਾਮੀ ਗੁਰੂ, ਇਹਨੂੰ ਕਹਿੰਦੇ ਨੇ ਦਿਲਾਂ ਦੀਆਂ ਜਾਣਨ ਵਾਲਾ ਗੁਰੂ। ਮਹਾਰਾਜ ਕਹਿੰਦੇ ਸਿੰਘੋ ਆਪਾਂ ਉਤਰ ਕੇ ਨਹੀਂ ਜਾਣਾ, ਆਪਾਂ ਸਮੇਤ ਘੋੜੇ ਅੰਦਰ ਜਾਵਾਂਗੇ ਫੱਗੋ ਦੇ ਘਰੇ, ਸਮੇਤ ਘੋੜੇ। ਮਹਾਰਾਜ ਘੋੜਾ ਲੈ ਕੇ ਜਦੋਂ ਆਏ ਵਿਹੜੇ ਚ, ਤੇ ਫੱਗੋ ਤੋਂ ਚਾਹ ਨਹੀਂ ਚੱਕਿਆ ਜਾਂਦਾ ਵੀ ਮੇਰੀ ਸ਼ਰਧਾ ਪੂਰੀ ਹੋ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਸ਼ਰਧਾ ਪੂਰੀ ਹੋ ਗਈ, ਮਾਲਕ ਘੋੜੇ ਦੇ ਸਮੇਤ ਘਰ ਚ ਆ ਗਿਆ। ਤੇ ਫੱਗੋ ਨਾ ਗੁਰਮੁਖੋ ਘੋੜੇ ਦੇ ਪੌੜਾਂ ਦੀ ਧੂੜ ਚੱਕ ਚੱਕ ਮੱਥੇ ਨੂੰ ਲਾਉਂਦਾ। ਸੱਚੇ ਪਾਤਸ਼ਾਹ ਗਰੀਬ ਨਵਾਜ਼, ਸੱਚੇ ਪਾਤਸ਼ਾਹ ਮੈਂ ਕਿਵੇਂ ਦੇਣ ਦੇਵਾਂ, ਮੈਂ ਕਿਵੇਂ ਤੁਹਾਡਾ ਸ਼ੁਕਰ ਕਰਾਂ, ਕਿਵੇਂ ਸ਼ੁਕਰਾਨਾ ਕਰਾਂ। ਅੱਜ ਉਹ ਸਮਾਂ ਵਰਤ ਗਿਆ, ਉਹ ਪੰਕਤੀਆਂ ਪੜ੍ਹੀਏ, ਸਮਾਪਤੀ ਦਾ ਟਾਈਮ ਹੋ ਗਿਆ। ਆ ਗਿਆ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਆ ਗਿਆ ਦੁਆਰੇ, ਆ ਗਿਆ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਹੋਇਆ ਗਿਆ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਆ ਗਿਆ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਆ ਗਿਆ ਦੁਆਰੇ ਰੱਬ ਬੰਨਿਆ ਪ੍ਰੇਮ ਦਾ, ਆ ਗਿਆ ਮੰਗ ਆਓ, ਆਪਾਂ ਸਮਾਪਤੀ ਕਰਨੀ ਹੈ। ਜਿੰਨੀ ਸੰਗਤ ਆਈ ਹੈ ਆਹ ਮੰਗ ਮੰਗੀ ਸੀ ਤੇ ਆਪਾਂ ਸਾਰੇ ਹੀ ਮੰਗਾਂਗੇ ਅੱਜ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫੱਗੋ ਮੰਗ ਕੀ ਮੰਗਣਾ। ਕਹਿੰਦਾ ਮਹਾਰਾਜ ਕਿਰਪਾ ਕਰੋ, ਰਾਤ ਸ਼ਬਦ ਪੜ੍ਹਿਆ ਸੀ, ਜਿਹੜੇ ਰਾਤ ਹਾਜ਼ਰ ਸੀਗੇ ਉਹਨਾਂ ਨੂੰ ਪਤਾ ਹੋਣਾ, ਰਾਤ ਸ਼ਬਦ ਪੜ੍ਹਿਆ ਸੀ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲਿਆਇਓ। ਬਾਬਾ ਜੀ ਧੰਨ, ਬਾਬਾ ਪਾਲਾ ਸਿੰਘ ਜੀ ਧੰਨ, ਬਾਬਾ ਨਰੈਣ ਸਿੰਘ ਜੀ
ਜਦੋਂ ਵੀ ਆਓਗੇ ਅਸੀਂ ਏਦਾਂ ਹੀ ਤੁਹਾਡੇ ਨਾਲ ਹੀ ਤੁਰ ਆਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਦਾਂ ਹੀ ਆਈ ਜਾਈਏ ਜਿਵੇਂ ਹੁਣ ਆਏ ਆ ਨਾ, ਹੁਣ ਮੌਜਾਂ ਮਾਣੀਆਂ ਬਾਬਾ ਜੀ ਦੇ ਚਰਨਾਂ ਚ। ਜਿਵੇਂ ਹੁਣ ਆਨੰਦ ਮਾਣਿਆ ਗੁਰਮੁਖ ਇੱਥੇ ਸਟੇਜ ਤੇ ਬਹਿੰਦੇ ਸੀ ਬਾਬਾ ਜੀ ਆ ਕੇ, ਤੇ ਮੈਨੂੰ ਕਹਿਣਾ ਕੰਨ ਦੇ ਵਿੱਚ ਕਹਿਣਾ, ਉਹਨਾਂ ਨੇ ਬੜਾ ਹੌਲੀ ਬੋਲਦੇ ਸੀ, ਕਹਿੰਦੇ ਭਾਗ ਲੱਗ ਜਾਣੇ ਨੇ, ਭਾਗ ਕਿਰਪਾ ਹੋ ਜਾਣੀ ਹੈ ਕਿਰਪਾ, ਤੇ ਬੋਲਾਂ ਵਿੱਚ ਹੀ ਉਹ ਕਿਰਪਾ ਵਰਤਾ ਜਾਂਦੇ ਸੀ ਸਤਸੰਗ। ਉਹਨਾਂ ਦੇ ਬੋਲ ਹੀ ਕਿਰਪਾ ਵਰਗੇ ਸੀ, ਉਹਨਾਂ ਦੇ ਬੋਲ ਹੀ ਇੰਨੇ ਮਿੱਠੇ ਸੀ, ਅੱਜ ਵੀ ਕੰਨਾਂ ਚ ਗੂੰਜਦੇ ਨੇ ਉਹਨਾਂ ਦੇ ਬੋਲ। ਉਹਨਾਂ ਦਾ ਪਿਆਰ ਨਹੀਂ ਭੁੱਲਣਾ, ਤੇਰਾ ਪਿਆਰ ਬਾਬਾ ਜੀ ਨਹੀਂ ਭੁੱਲਣਾ। ਭੁੱਲ ਜਾਊਗਾ ਸੰਸਾਰ ਬਾਬਾ ਜੀ ਨਹੀਂ ਭੁੱਲਣਾ, ਨਹੀਂ ਭੁੱਲਣਾ ਤੇਰਾ ਪਿਆਰ ਬਾਬਾ ਜੀ ਨਹੀਂ ਭੁੱਲਣਾ। ਉਹ ਚੀਜ਼ ਨਹੀਂ ਭੁੱਲਣੀ, ਸਭ ਕੁਝ ਭੁੱਲ ਸਕਦਾ। ਇਹ ਕੀਤੀ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ, ਸੱਚੇ ਪਾਤਸ਼ਾਹ ਕਿਰਪਾ ਕਰਿਓ। ਆਓ ਸਾਧ ਸੰਗਤ ਜੀ, ਕਰ ਲਓ ਬੇਨਤੀ, ਆਖਰੀ ਪੰਕਤੀਆਂ ਪੜ੍ਹੀਏ ਫਿਰ ਸਮਾਪਤੀ ਕਰਾਂਗੇ, ਕੋਈ ਵਾਂਝਾ ਨਾ ਰਹਿ ਜੇ। ਸੱਚੇ ਪਾਤਸ਼ਾਹ ਆਲੇ ਫੜ ਕਲ ਮਤਵਾਤ ਸੱਚੇ ਪਾਤਸ਼ਾਹ, ਆਲੇ ਫੜ ਕਲ ਮਤਵਾਤ ਸੱਚੇ ਪਾਤਸ਼ਾਹ, ਮੱਥੇ ਵਾਲੀ ਵਿਗੜੀ ਬਣਾ ਬਾਜਾਂ ਵਾਲਿਆ, ਮੱਥੇ ਵਾਲੀ ਵਿਗੜੀ ਬਣਾ। ਆਲੇ ਫੜ ਕਲ ਮਤਵਾਤ ਸੱਚੇ ਪਾਤਸ਼ਾਹ, ਲੈ ਫੜ ਕਲ ਮਤਵਾਤ ਸੱਚੇ ਪਾਤਸ਼ਾਹ, ਮੱਥੇ ਵਾਲੀ ਬਿਗੜੀ ਬਣਾ ਬਾਜਾਂ ਵਾਲਿਆ, ਮੱਥੇ ਵਾਲੀ ਬਿਗੜੀ ਬਣਾ। ਹੋਇਆ ਲੈ ਫੜ ਕਲ ਮਤਵਾਤ ਸੱਚੇ ਪਾਤਸ਼ਾਹ, ਮੱਥੇ ਵਾਲੀ ਬਿਗੜੀ ਬਣਾ ਬਾਜਾਂ ਵਾਲਿਆ, ਮੱਥੇ ਵਾਲੀ ਬਿਗੜੀ। ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ, ਇੱਕ ਵਾਰੀ ਆਪਣੇ ਬਣਾ ਬਾਜਾਂ ਵਾਲਿਆ, ਇੱਕ ਵਾਰੀ ਆਪਣੇ ਬਣਾ। ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰਦੇ, ਇੱਕ ਵਾਰੀ ਬਾਜਾਂ ਵਾਲਿਆ, ਇੱਕ ਵਾਰੀ ਮਾਂਦੇ ਮਾਰੇ ਤੇਰੇ ਦਰ ਤੇ ਪੁਕਾਰਦੇ, ਇੱਕ ਵਾਰੀ ਆਪਣੇ ਬਣਾ ਬਾਜਾਂ ਵਾਲਿਆ, ਇੱਕ ਵਾਰੀ ਆਪਣੇ
ਧਾਰਨਾ ਪੜ੍ਹਨੀ ਫਿਰ ਆਨੰਦ ਸਾਹਿਬ ਦਾ ਕਰਾਂਗੇ ਪਾਠ, ਫਿਰ ਹੋਵੇਗੀ ਅਰਦਾਸ, ਹੁਕਮਨਾਮੇ ਸਾਹਿਬ ਆਉਣਗੇ ਜੇ ਜਥੇ ਇੱਕ ਦੋ ਹੈਗੇ ਨੇ ਪੰਜ ਪੰਜ ਮਿੰਟ ਉਹਨਾਂ ਨੂੰ ਜਿਹੜੇ ਬੈਠੇ ਨੇ ਉਹਨਾਂ ਨੂੰ ਦੇ ਦੇਵਾਂਗੇ ਪੰਜ ਪੰਜ ਮਿੰਟ, ਕਿਉਂਕਿ ਸਮਾਂ ਇੱਦਾਂ ਦਾ ਹੀ ਹੈ ਸਾਧ ਸੰਗਤ, ਅਸੀਂ ਇਸ਼ਤਿਹਾਰ 'ਤੇ ਵੀ ਲਿਖ ਦਿੰਦੇ ਹਾਂ ਵੀ ਇਹ ਸੰਤ ਸਮਾਗਮ ਹੈ, ਕੀ ਪਤਾ ਸਾਧੂ ਜਿਵੇਂ ਜਿਵੇਂ ਤੁਰੇ ਆਉਂਦੇ ਨੇ ਉੱਦਾਂ ਉੱਦਾਂ ਮਹਾਂਪੁਰਖ ਸਮਾਂ ਲਾਈ ਜਾਂਦੇ ਨੇ, ਅਤੇ ਇਸ ਲਈ ਜਥਿਆਂ ਨੂੰ ਫਿਰ ਨਗਰ ਕੀਰਤਨ ਹੁੰਦਾ ਉਦੋਂ ਬੁਲਾ ਲਈਦਾ, ਇਸ ਲਈ ਇਸ਼ਤਿਹਾਰ 'ਤੇ ਲਿਖ ਦਿੰਦੇ ਹਾਂ ਵੀ ਇਹ ਸੰਤ ਸਮਾਗਮ ਹੈ, ਅਤੇ ਇਸ ਲਈ ਗੁਰਮੁਖੋ ਅਸੀਂ ਮਾਫ਼ੀ ਚਾਹੁੰਦੇ ਹਾਂ, ਟਾਈਮ ਨਹੀਂ ਦੇ ਸਕੇ ਹੋਵਾਂਗੇ ਕਈਆਂ, ਅਤੇ ਕਈਆਂ ਦਾ ਗੁਰਮੁਖੋ ਕੋਈ ਸਤਿਕਾਰ ਵਿੱਚ ਕਮੀ ਰਹੀ ਹੋਵੇ, ਕੋਈ ਪਿਆਰ ਵਿੱਚ ਕਮੀ ਰਹੀ ਹੋਵੇ, ਮਾਫ਼ੀ ਚਾਹੁੰਦੇ ਹਾਂ, ਆਸ ਕਰਦੇ ਹਾਂ ਅਗਲੇ ਸਾਲ ਫਿਰ ਇੱਦਾਂ ਹੀ ਇਕੱਠੇ ਹੋ ਕੇ ਬੈਠਾਂਗੇ। ਰਾਤ ਵੀ ਪੜ੍ਹਿਆ ਅਸੀਂ ਉੱਚੀ ਉੱਚੀ ਸਾਰੇ ਪੜ੍ਹੀਏ, ਗੱਜ ਕੇ ਬੋਲੀਏ ਕਰੀਏ ਸਮਾਪਤੀ। ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਇਹੋ ਜੀ ਸੁਲੱਖਣੀ ਘੜੀ, ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਇਹੋ ਜੀ ਸੁਲੱਖਣੀ ਘੜੀ, ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਇਹੋ ਜੀ ਸੁਲੱਖਣੀ ਘੜੀ, ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਇਹੋ ਜੀ ਸੁਲੱਖਣੀ ਘੜੀ। ਦੂਰ ਦੂਰ ਤੋਂ ਆਈਆਂ ਤੇਰੀ ਯਾਦ ਮਨਾਵਣ ਨੂੰ ਸੰਗਤਾਂ ਦੂਰ ਦੂਰ
ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆਈਆਂ। ਆਓ ਅੰਮ੍ਰਿਤ ਛਕੋ ਖੰਡੇ ਬਾਟੇ ਦਾ ਮੈਨੂੰ ਪਰਚੀ ਲਿਖ ਕੇ ਭੇਜੀ ਸੀ ਭਾਈ ਚਮਕੌਰ ਸਿੰਘ ਹੋਰਾਂ ਨੇ ਵੀ, ਦਸਵੇਂ ਗੁਰਾਂ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ। ਇਹ ਸ਼ਬਦ ਲਾ ਦਿਓ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਪਿਆਰੇ, ਫਿਰ ਸਮਾਂ ਕਿਤੇ ਬਣਿਆ ਇਸੇ ਤਰ੍ਹਾਂ ਹੀ ਆਪਾਂ ਦਰਸ਼ਨ ਕਰਾਂਗੇ। ਸਾਰੀ ਸੰਗਤ ਦਾ ਧੰਨਵਾਦ, ਜਿੰਨੀ ਸੰਗਤ ਦੂਰੋਂ ਦੂਰੋਂ ਆਈ ਹੈ ਸਾਰੀ ਸੰਗਤ ਦਾ ਕਦਮ ਕਦਮ ਸਿਰ ਮੱਥੇ। ਇਕੱਲੇ ਇਕੱਲੇ ਦਾ ਨਾਮ ਲੈਣ ਲੱਗਾਂਗੇ ਗੁਰਮੁਖੋ ਬਹੁਤ ਟਾਈਮ ਲੱਗ ਜਾਊਗਾ, ਸਮੁੱਚੀ ਸੰਗਤ ਦਾ ਧੰਨਵਾਦ ਤੇ ਸਮੁੱਚੇ ਹੀ ਸੇਵਾਦਾਰਾਂ ਦਾ ਧੰਨਵਾਦ, ਜਿਨ੍ਹਾਂ ਨੇ ਕਿਸੇ ਨੇ ਕੋਈ ਸੇਵਾ, ਕਿਸੇ ਨੇ ਕੋਈ ਸੇਵਾ। ਹੋ ਸਕਦਾ ਸਾਨੂੰ ਨਾ ਪਤਾ ਹੋਵੇ ਪਰ ਬਾਬਾ ਜੀ ਸਾਰਾ ਕੁਝ ਜਾਣਦੇ ਨੇ, ਗੁਰਮੁਖੋ ਬਾਬਾ ਪਾਲਾ ਸਿੰਘ ਜੀ ਹਾਜ਼ਰ ਨੇ, ਉਹ ਵਿੱਚ ਹੀ ਫਿਰਦੇ ਨੇ ਸੰਗਤਾਂ ਦੇ, ਦੇਖਦੇ ਫਿਰਦੇ ਨੇ ਕਿਹੜਾ ਸੇਵਾ ਕਰਦਾ ਹੈ, ਕਿਹੜਾ ਨਗੋਚਾ ਕੱਢਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਹੜਾ ਉਂਗਲਾਂ ਹੀ ਕਰੀ ਜਾਂਦਾ, ਆਹ ਨਹੀਂ ਸਹੀ, ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਨਹੀਂ ਹੋਣਾ ਚਾਹੀਦਾ, ਉਹ ਆਪੇ ਫਿਰਦੇ ਦੇਖੀ ਜਾਂਦੇ ਨੇ। ਤੇ ਜਿੱਦਾਂ ਦਾ ਗੁਰਮੁਖੋ ਕੋਈ ਸੇਵਾ ਕਰਦਾ ਉਹਨੂੰ ਓਦਾਂ ਦਾ ਫਲ ਆਪੇ ਹੀ ਮਹਾਂਪੁਰਖ ਦੇ ਦਿੰਦੇ। ਇਸ ਲਈ ਆਓ ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁੱਖ ਪਾਵਾਂ, ਲਾਹਾ ਲੈ ਕੇ ਚੱਲੀਏ, ਖੁਸ਼ੀਆਂ ਲੈ ਕੇ ਚੱਲੀਏ। ਆਓ ਆਪਾਂ ਹੁਣ ਆਨੰਦ ਸਾਹਿਬ ਦਾ ਪਾਠ ਕਰਾਂਗੇ, ਫਿਰ ਹੋਵੇਗੀ ਅਰਦਾਸ, ਤੇ ਉਸ ਤੋਂ ਬਾਅਦ ਸਾਡੇ ਡਾਕਟਰ ਸਾਹਿਬ ਹੁਕਮਨਾਮਾ ਵੀ ਲੈਣਗੇ ਤੇ ਦੋ ਕੁ ਮਿੰਟ ਤੁਹਾਡੇ ਵਿੱਚ ਹਾਜ਼ਰੀ ਵੀ ਲਗਵਾਉਣਗੇ ਡਾਕਟਰ ਸਾਹਿਬ, ਕਿਉਂਕਿ ਸਾਰੇ ਜਥਿਆਂ ਨੇ ਟਾਈਮ ਲਾ ਲਿਆ ਸਾਰਿਆਂ ਨੇ, ਤੇ ਡਾਕਟਰ ਸਾਹਿਬ ਰਹਿ ਗਏ ਗੁਰਮੁਖੋ, ਇੱਕ ਦਿਨ ਵੀ ਨਹੀਂ ਟਾਈਮ ਦਿੱਤਾ ਗਿਆ। ਪਰ ਇਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ, ਮੈਂ ਹਾਜ਼ਰ ਹਾਂ, ਜਦੋਂ ਸਮਾਂ ਹੋਵੇ ਮੈਨੂੰ ਉਦੋਂ ਹੀ ਦੱਸ ਦਿਓ, ਕੋਈ ਗੱਲ ਨਹੀਂ, ਨਹੀਂ ਵੀ ਹੋਊਗਾ ਤਾਂ ਵੀ ਠੀਕ ਹੈ, ਪਰ ਸੇਵਾ ਇਹਨਾਂ ਦੀ ਬਹੁਤ ਵੱਡੀ ਹੈ, ਮਰੀਜ਼ਾਂ ਨੂੰ ਸਾਂਭਣਾ, ਸਾਰੀ ਦਿਹਾੜੀ ਦਵਾਈਆਂ ਵੰਡਣੀਆਂ, ਇਹ ਸੇਵਾ ਬਹੁਤ ਵੱਡੀ ਹੈ ਪਿਆਰੇ। ਇਸ ਲਈ ਆਓ ਸਾਰਿਆਂ ਦਾ ਧੰਨਵਾਦ, ਆਨੰਦ ਸਾਹਿਬ ਦਾ ਕਰੀਏ ਪਾਠ, ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ, ਜੀ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਸਹਿਜ ਸੇਤੀ ਮਨ ਬਦੀਆਂ ਬਦਾਈਆਂ, ਆਗਰ ਸਿੰਘ ਪਰਵਾਰ ਭਰੀਆਂ ਸ਼ਬਦ ਗਾਵਣੀਆਂ, ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਰਾਇਆ, ਕਹਿ ਨਾਨਕ ਨਤ ਹੋਆ ਸਤਿਗੁਰੂ ਮੈਂ ਸੁਪਨ ਬਣਿਆ ਦੱਸਿਆ ਜਿਹਨੇ ਚਾਹ।
ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਸਾਚਾ ਨਾਮ ਮੇਰਾ ਅਦਾਰੋ ਵਚ ਪੰਜ ਸ਼ਬਦ ਜਿਤ ਕਰ ਸਕਣੇ ਸ਼ਬਦ ਵਾਜੇ ਕਲਾ ਜਿਤ ਕਰਤਾ ਪੰਜ ਦੂਤ ਢੋਲ ਵਸ ਕੀਤੇ ਕਾਲ ਕੰਠ ਦੁਖ ਰੂਪ ਸੰਤਾ ਪੀ ਉਤਰੇ ਸੋਹਣੀ ਸੱਚੀ ਸੁਣ ਕੇ ਪ੍ਰੀਤ ਕਹਿ ਤੇ ਪਵਿੱਤ ਸਤਿਗੁਰ ਪਵਨ ਗੁਰੂ ਮਾਤੀ ਪਿਤਾ ਮਾਤਾ ਦਰ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣ ਕੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣ ਕੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਦਰਗਾਹ ਪਾਣੀ ਦਾ ਮਾਣ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਦਰਗਾਹ ਪਾਣੀ ਦਾ ਮਾਣ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਬੋਲ 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 ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੇ